आजादी दिलाने में बेहद अहम भूमिका आजादी के तीन मत वालों शहीद भगत सिंह शहीद राजगुरु व शहीद सुखदेव थापर ने निभाई थी शहीद सुखदेव लुधियाना के रहने वाले थे और यहीं पर आज भी उनके कुंबे के कुछ लोग रहते हैं उनके परिजन आजकल बेहद गुस्से में है क्योंकि पंजाब स्कूल शिक्षा बोर्ड के कक्षा चार के पाठ्यक्रम में शहीद सुखदेव के लसन में सुखदेव की बजाय शहीद राजगुरु की फोटो लगा दी गई है ਪਰਿਜਨੋ ਕਹਿੰਦਾ ਹੈ ਕਿ ਇਹ ਸ਼ਹੀਦ ਦਾ ਅਪਮਾਨ ਹੈ ਔਰ ਐਸੀ ਗਲਤੀਆਂ ਰਾਜ ਸਰਕਾਰ ਦਾ ਪ੍ਰਸ਼ਾਸਨ بار-बार ਕਰ ਰਹਾ ਹੈ। ਉਨਕੀ ਮੰਗ ਹੈ ਕਿ ਇਹ ਸਬ ਸਿਲੇਬਸ ਜੇ ਤੁਰੰਤ ਮਾਫੀ ਨਾਮੇ ਕੇ ਸਾਥ ਹਟਾਇਆ ਜਾਏ। ਵਰਨਾ ਉਹ ਅਦਾਲਤ ਕੇ ਰੁੱਕ ਕੇ ਸਾਥ ਸਤ ਭੁਖ ਹਰਤਾਲ ਪਰ ਵੀ ਬੈਠ ਜਾਏਗੇ। ਬੰਦੇ ਮਾਤਰਮ ਅੱਜ ਜਿਹੜੀ ਚੌਥੀ ਕਲਾਸ ਦੀ ਪੰਜਾਬ ਸਿੱਖਿਆ ਬੋਰਡ ਵੱਲੋਂ ਪੰਜਾਬੀ ਬੁੱਕਸ ਦੇ ਵਿੱਚ ਸ਼ਹੀਦ ਅਜਮ ਸੁਖਦੇਵ ਠਾਪਰ ਦੀ ਜਗ੍ਹਾ ਰਾਜਗੁਰੂ ਦੀ ਫੋਟੋ ਲਗਾਈ ਹੈ। ਉਹਦੇ 'ਚ ਸਾਨੂੰ ਬੜੇ ਅਫਸੋਸ ਨਾਲ ਕਹਿਣਾ ਪੈ ਰਿਹਾ ਹੈ ਕਿ ਸ਼ਹੀਦ ਸੁਖਦੇਵ ਨੂੰ ਅਣਦੇਖਾ ਕੀਤਾ ਜਾ ਰਿਹਾ ਹੈ ਔਰ ਸਤੇਲਾ ਵਿਵਹਾਰ ਕੀਤਾ ਜਾ ਰਿਹਾ ਹੈ ਔਰ ਮੈਂ ਅੱਗੇ ਵੀ ਕਈ ਵਾਰੀ ਦੇਖ ਚੁੱਕਾ ਐਮਐਲਏ ਸਹਿਵਾਨ ਕਿਤੇ ਫੰਕਸ਼ਨਾਂ ਤੇ ਜਾਂਦੇ 23 ਮਾਰਚ ਨੂੰ ਉੱਥੇ ਰਾਜਗੁਰੂ ਦੀ ਫੋਟੋ ਲੱਗੀ ਹੁੰਦੀ ਹੈ ਨਾਂ ਲਿਖਿਆ ਹੁੰਦਾ ਸੁਖਦੇਵ ਜੀ ਭਗਤ ਸਿੰਘ ਰਾਜਗੁਰੂ ਸੁਖਦੇਵ ਜਿਹੜੇ ਸੀਗੇ ਉਹ ਤਿੰਨ ਜਾਨ ਇੱਕ ਜਿਸਮ ਤਿੰਨ ਜਾਨ ਤਿੰਨੇ ਜਿਸਮ ਇੱਕ ਜਾਨ ਸੀਗੇ ਔਰ ਉਹਨਾਂ ਨੂੰ અપਮਾਨਿਤ ਕੀਤਾ ਜਾ ਰਿਹਾ ਹੈ ਸੁਖਦੇਵ ਜੀ ਦੀ ਪਹਿਲੋਂ ਵੀ ਇੱਕ ਕਿਤਾਬ ਦੇ ਵਿੱਚ ਉਹਨਾਂ ਨੂੰ ਹਤਿਆਰਾ ਦੱਸਿਆ ਗਿਆ ਦਿੱਲੀ ਯੂਨੀਵਰਸਿਟੀ ਦੇ ਵਿੱਚ ਵੀ ਇੱਕ ਕਿਤਾਬ ਦੇ ਵਿੱਚ ਉਹਨਾਂ ਨੂੰ ਹਤਿਆਰਾ ਦੱਸਿਆ ਗਿਆ ਸੀ ਔਰ ਮੈਂ ਇਹ ਸਮਝਦਾ ਕਿ ਜਿਹੜੀ ਆਨ ਵਾਲੀ ਸਾਡੀ ਜਨਰੇਸ਼ਨ ਹੈ ਉਹਨਾਂ ਨੂੰ ਗੁੰਮਰਾਹ ਕੀਤਾ ਜਾ ਰਿਹਾ ਹੈ ਜਿਹੜੀ ਕਿ ਰਾਜਗੁਰੂ ਦੀ ਪ੍ਰਤਿਮਾ ਫੋਟੋ ਲਗਾਈ ਗਈ ਹੈ ਚੌਥੀ ਕਲਾਸ ਦੇ ਪੰਜਾਬ ਸਿੱਖਿਆ ਬੋਰਡ ਨੇ ਔਰ ਬੜਾ ਨਿੰਦਨੀ ਹੈ ਔਰ ਉਹਦੇ ਵਿੱਚ ਰਾਜਗੁਰੂ ਦੀ ਵੀ ਬੇਇੱਜ਼ਤੀ ਹੈ ਔਰ ਸਾਡੇ ਸੁਖਦੇਵ ਜੀ ਦੀ ਬੜੀ અપਮਾਨਿਤ ਘੜੀ ਹੈ ਜਿਹੜੀ ਕਿ ਉਹਨਾਂ ਨੇ ਇਹ ਫੋਟੋ ਲਗਾਈ ਹੈ ਜਿਹੜੀ ਆਨ ਵਾਲੀ ਸਾਡੀ ਜਨਰੇਸ਼ਨ ਉਹ ਕੀ ਸੋਚੇਗੀ ਜਿਹੜੀ ਵੀ ਉਹਨਾਂ ਨੇ ਬਾਕਸ ਦੇ ਵਿੱਚ ਹੋਰ ਚੀਜ਼ਾਂ ਵੀ ਲਿਖੀਆਂ ਉਹ ਵੀ ਬੜੀਆਂ ਗਲਤ ਲਿਖੀਆਂ ਹੈ ਕਿ ਜਿਹੜੇ ਕਿ 12 ਸਾਲ ਦੇ ਵਿੱਚ ਉਹ ਚਿੜਚਿੜਾ ਸੀ ਫੁਲਾਨਾ ਸੀ ਬੜਾ ਕੁਝ ਗਲਤ ਲਿਖਿਆ ਉਹ ਇੱਕ ਵੀ ਗੱਲ ਸੱਚ ਨਹੀਂ ਅਸੀਂ ਇਹ ਜਾਣਦੇ ਹਾਂ ਕਿ ਸਰਕਾਰਾਂ ਥੋੜੀ ਜੀ ਦੇ ਦੇ ਬਾਰੇ ਧਿਆਨ ਕਿ ਤਿੰਨ ਤਾਂ ਸ਼ਹੀਦ ਹੈ ਜਿਹੜੇ ਬਾਕੀ ਹੋਰ ਸ਼ਹੀਦ ਬੜੇ ਹੋਏ ਆ ਭਗਤ ਸਿੰਘ ਰਾਜਗੁਰੂ ਸੇ ਜੇ ਇਹਨਾਂ ਲੋਕਾਂ ਨੂੰ ਨਹੀਂ ਪਛਾਣ ਸਕਦੀਆਂ ਸਰਕਾਰਾਂ ਫੇ ਅੱਗੇ ਕੀ ਕਰਨਗੇ ਆਨ ਵਾਲੀ ਸਾਡੀ ਜਿਹੜੀ ਜਨਰੇਸ਼ਨ ਹੈ ਉਹ ਕਿੱਥੇ ਪਹੁੰਚੇਗੀ ਬੁੱਕਾਰੇ ਮੈਂ ਕਹਿੰਦਾ ਕਿ ਇਹਦੇ ਵਿੱਚ ਜਾਂ ਤਾਂ ਜਿਹੜੇ ਰਾਈਟਰ ਹੈ ਪੰਜਾਬ ਸਰਕਾਰ ਨੂੰ ਐਜੂਕੇਸ਼ਨਸ ਬੋਰਡ ਨੂੰ ਇਹ ਤੋਂ ਮਾਫੀ ਮੰਗਣੀ ਚਾਹੀਦੀ ਹੈ ਜੇ ਅਗਰ ਐਸੀ ਗੱਲ ਨਹੀਂ ਕਰਦੇ ਤਾਂ ਅਸੀਂ ਹਾਈ ਕੋਰਟ ਦੇ ਵਿੱਚ ਜਾਵਾਂਗੇ ਕਿ ਉਹਨਾਂ ਨੂੰ ਪੇਸ਼ਮੈਂਟ ਹੋਣੀ ਮਿਲੇਗੀ ਜਿਹੜੇ ਕੀ ਰਾਈਟਰ ਹੈ ਜਾਂ ਪੰਜਾਬ ਬੋਰਡ ਦੇ ਵੀ ਨੇ ਜਿਨੇ ਵੀ ਇਹ ਬੁੱਕਸ ਲਿਖੀ ਹੈ ਉਹਨਾਂ ਬਾਰੇ ਅਸੀਂ ਕਾਨੂੰਨੀ ਕਾਰਵਾਈ ਕਰਾਂਗੇ